ਸਾਰੇ ਆਗੂ ਘਰੋਂ ਘਰੇ ਡਿਟੇਨ ਕੀਤੇ ਗਏ, ਤੁਸੀਂ ਕਿਵੇਂ ਬਚ ਕੇ ਆ ਗਏ? ਦੇਖੋ, ਮੈਨੂੰ ਪਹਿਲਾਂ ਇੱਕ ਦੋ ਵਾਰੀ ਇਹਨਾਂ ਨੇ ਘਰੇ ਘੇਰ ਲਿਆ ਸੀਗਾ, ਅਤੇ ਮੈਨੂੰ ਇੰਨਾ ਕੁ ਤਾਂ ਪਤਾ ਸੀਗਾ, ਮੈਂ ਦੋ ਤਿੰਨ ਦਿਨ ਤੋਂ ਪਹਿਲਾਂ ਹੀ ਪਾਸੇ ਰਿਹਾ, ਫੋਨ ਫਾਨ ਬੰਦ ਆਦੇ ਮੈਂ ਕਰ ਲਏ ਸੀਗੇ। ਮੈਂ ਕਿਹਾ ਮੈਨੂੰ ਇਹ ਘਰ 'ਚ ਘੇਰ ਲੈਣਗੇ, ਨਜ਼ਰਬੰਦ ਕਰ ਲੈਣਗੇ, ਮੇਰਾ ਪਹੁੰਚਣਾ ਜ਼ਰੂਰੀ ਹੁੰਦਾ, ਕਿਉਂਕਿ ਦੇਖੋ ਜੇ ਤੁਹਾਡਾ ਆਗੂ ਤੁਹਾਡਾ ਕਮਾਂਡਰ ਹੀ ਘਿਰ ਜਾਂਦਾ ਤਾਂ ਫੌਜਾਂ ਨਹੀਂ ਲੜਦੀਆਂ, ਫੌਜਾਂ ਨੂੰ ਵੀ ਹੌਸਲਾ ਉਦੋਂ ਮਿਲਦਾ, ਗਵਾਹੀ ਉਦੋਂ ਮਿਲਦੀ ਹੈ ਜਦੋਂ ਤੁਹਾਡਾ ਆਗੂ ਅੱਗੇ ਹੁੰਦਾ। ਤੋ ਇਸ ਕਰਕੇ ਮੈਂ ਬਚ ਬਚਾ ਕੇ ਜਮਾਂ ਸਾਰੀ ਤਿਆਰੀਆਂ ਬੈਰੀਆਂ ਕਰਕੇ, ਅਸੀਂ ਸੁਨੇਹੇ ਸੁਨੇਹੇ ਲਾ ਕੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਇੱਥੇ ਤਾਂ ਇੱਥੇ ਆਏ ਹਾਂ ਬਾਈ। ਬੈਠਣ ਦਾ ਪੱਕਾ ਆ, ਜਿਵੇਂ ਪਹਿਲਾਂ ਹੀ ਪੁੱਛਿਆ, ਇੱਥੇ ਬੈਠਣਾ ਹੀ ਆ ਜਾਂ ਇੱਥੋਂ ਵਾਪਸੀ ਹੈ? ਇਹ ਹਲੇ ਮੀਟਿੰਗ ਦੇ ਵਿੱਚ ਤੈਅ ਕਰਨਾ, ਸਾਡੇ ਕੁਛ ਆਗੂ ਸਾਹਿਬਾਨ ਆਉਂਦੇ ਨੇ, ਸੁਰਜੀਤ ਫੂਲੋ ਜੀ ਵਰਗੇ ਆ, ਕਾਕਾ ਕੋਲਡਾ ਜੀ ਵਰਗੇ ਆ, ਉਹਨਾਂ ਨੇ ਹਲੇ ਆਉਣਾ, ਉਹਨਾਂ ਨਾਲ ਅਸੀਂ ਮੀਟਿੰਗ ਰੱਖੀ ਆ, ਉਹ ਵਿਚਾਰ ਕੇ ਅੱਗੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਅੱਗੇ ਸਿਰੇ ਚੜ੍ਹਦੀ ਆ ਨਹੀਂ ਚੜ੍ਹਦੀ, ਇਹ ਰਣਨੀਤੀ ਅੱਗੇ ਲਿਖਾਂਗੇ। ਘਬਰਾਹਟ ਕਾਹਦੀ ਹੋਈ ਜਿਹੜਾ ਐਡਾ ਤਾਮਝਾਮ ਲਾ ਕੇ ਰੋਕਣਾ, ਇਹਦੀ ਤੁਹਾਨੂੰ ਕੀ ਲੱਗਦਾ ਵੀ ਐਡੀ ਘਬਰਾਹਟ ਕਿਹੜੀ ਗੱਲ? ਨਹੀਂ ਵੀ ਉਹੀ ਗੱਲ ਆ ਗਈ ਨਾ ਵੀ ਯਾਰ, ਅਸੀਂ ਸਰਕਾਰ ਹਾਂ, ਮੈਂ ਮੁੱਖ ਮੰਤਰੀ ਹਾਂ ਯਾਰ, ਤੂੰ ਲੋਕਾਂ ਨੇ ਬਣਾਇਆ, ਆਹੀ ਉਹ ਆਹੀ ਨੌਜਵਾਨੀਆਂ ਦਿਖਾਓ ਯਾਰ, ਆ ਹਜ਼ਾਰਾਂ ਉਹੀ ਨੌਜਵਾਨੀਆਂ ਜਿਹੜੀ ਤੇਰੀ ਭਵੰਤ ਭਵੰਤ ਜਿੰਦਾਬਾਦ ਕਰਦੀ ਸੀ, ਤੇਰੇ ਝੰਡੇ ਟੈਂਕੀਆਂ ਅਤੇ ਬਨੇਰਿਆਂ 'ਤੇ ਚੜ੍ਹ ਕੇ ਤੇਲ ਫੂਕਦੇ ਸੀ, ਜਿਨ੍ਹਾਂ ਨੂੰ ਭਮੱਕੜ ਕਹਿੰਦਾ ਹੁੰਦਾ ਸੀ ਕਿ ਮੇਰੇ ਭਮੱਕੜ ਨੇ ਇਹ ਮੱਚ ਸਕਦੇ ਆ, ਪਿੱਛੇ ਨਹੀਂ ਹਟਣਗੇ, ਅੱਜ ਭਮੱਕੜਾਂ ਨਾਲ ਕੀ ਹਾਲ ਕਰ ਰਿਹਾ ਤੂੰ ਦੇਖ ਲੈ, ਉਹੀ ਨੌਜਵਾਨੀ ਹੈ, ਪੁੱਛੋ ਜਿੰਨੇ ਨੌਜਵਾਨ ਆਏ ਆ, ਕੋਈ ਖੁਸ਼ ਹੈਗਾ ਤੇਰੇ ਵਰਤਾਰੇ ਤੋਂ? ਅਤੇ ਤੂੰ ਰਾਹ ਫੜ ਕਿਹੜਾ ਲਿਆ, ਤੈਨੂੰ ਇਸ ਕੰਮ ਲਈ ਚੁਣਿਆ ਸੀ ਯਾਰ, ਕੰਮ ਤਾਂ ਤੂੰ ਜਿਹੜੇ ਲੋਕਾਂ ਦੇ ਕਰਨੇ ਉਹ ਕਰੋ, ਤਾਂ ਉਹ ਤਾਂ ਬਹੁਤ ਪਿਆ, ਇੰਨਾ ਜ਼ੋਰ ਜਿੰਨਾ ਪ੍ਰਸ਼ਾਸਨ ਖੜਾ ਡਾਂਗਾਂ ਚੱਕੀ ਇੱਥੇ ਭਰਾਉਣ ਨੂੰ ਨੌਜਵਾਨੀ 'ਤੇ, ਇਹ ਚੱਟਾ ਰੋਕਣ ਦੀ ਲਾ ਦੇ। ਇਹ ਹੋਰ ਕਿੰਨੇ ਮਸਲੇ ਨੇ ਪੰਜਾਬ ਦੇ, ਗੁਰਾਂ ਸਾਹਿਬ ਦੀਆਂ ਬੇਅਦਮੀਆਂ ਹੋਈਆਂ, ਉਹ ਇਨਸਾਫ ਦੇਣ 'ਤੇ ਲਾ ਦੇ। ਕਿੰਨੇ ਤਮਾਮ ਮਸਲੇ ਨੇ ਲੋਕਾਂ ਨੂੰ, ਕੋਈ ਇਨਸਾਫ ਹੀ ਨਹੀਂ ਮਿਲ ਰਿਹਾ, ਲੋਕ ਭਟਕਦੇ ਫਿਰਦੇ ਆ ਥਾਣਿਆਂ 'ਚ, ਕਚਹਿਰੀਆਂ 'ਚ, ਇਹਨਾਂ ਦੇ ਦਫ਼ਤਰਾਂ 'ਚ, ਉਹਦੇ ਜ਼ੋਰ ਲਾ ਦੇ ਜਿੰਨਾ ਸਾਨੂੰ ਇੱਥੇ ਉਤਾਰੂ ਹੋਏ ਖੜੇ ਆ, ਵੀ ਨਹੀਂ ਹੱਠ ਫੜ ਰੱਖਿਆ ਵੀ ਨਹੀਂ ਅੱਗੇ ਨਹੀਂ ਜਾਣ ਦੇਣੀ। ਆਮ ਘਰ ਦੇ ਮੁੱਖ ਮੰਤਰੀ ਨੂੰ ਇਹ ਆਮ ਲੋਕਾਂ ਦਾ ਰੋਸ ਹੁਣ ਦਿਖਾਈ ਨਹੀਂ ਦੇ ਰਿਹਾ ਮਾਸਟਰ ਮਹਿੰਦਰ ਦੇ ਮੁੰਡੇ ਨੂੰ? ਕੋਈ ਨਹੀਂ ਭਾਈ, ਕੋਈ ਨਹੀਂ, ਮਹਿੰਦਰ ਸਿੰਘ ਮਾਸਟਰ ਸਾਹਿਬ ਅਤੇ ਮੁੰਡਾ ਜੀ, ਕੋਈ ਗੱਲ ਨਹੀਂ, ਰਹਿ ਗਏ ਪਰ 2-2.5 ਮਹੀਨੇ, ਤੁਹਾਨੂੰ ਤੁਹਾਡੇ ਸਾਹਮਣੇ ਹੀ ਆਉਣਾ ਸਾਰਾ ਕੁਛ, ਕੀ ਇਹ ਲੋਕਾਂ ਦੇ ਅੰਦਰ ਤੁਸੀਂ ਦੇਖੀ ਜਾਓਗੇ, ਲੋਕਾਂ ਦਾ ਅਵਾਲ ਹੈ ਤੁਹਾਨੂੰ ਦੱਸ ਦੂਗਾ, ਜਿਹੜਾ ਹੰਕਾਰ ਜਿਹੜਾ ਤੁਹਾਨੂੰ ਸੱਤਵੇਂ ਸਮਾਨ ਚੜ੍ਹੇ ਹੋਏ ਨਾ, ਤੁਸੀਂ ਇਹ ਲਾਉਣਗੇ ਵੀ ਤੁਹਾਨੂੰ 2-2.5 ਮਹੀਨਿਆਂ ਬਾਅਦ ਐਮ ਪੀ ਦੀਆਂ ਚੋਣਾਂ, ਤੁਹਾਨੂੰ ਦੱਸ ਦੇਣਗੇ ਲੋਕ, ਪਰ ਜੇ ਹੁਣ ਵੀ ਨਾ ਲੋਕਾਂ ਨੇ ਦੱਸਿਆ ਫਿਰ ਸਮਝ ਲਓ ਛਿੱਤਰ ਖਾਣ ਦੀ ਸਾਡੇ ਅਸੀਂ ਹਾਈਐਸ ਲਾਇਕ ਹਾਂ। 40-40 ਲੱਖ ਦੀਆਂ ਗੱਡੀਆਂ ਦਿੱਤੀਆਂ ਸੜਕ ਸੁਰੱਖਿਆ ਫੋਰਸ ਦੇ ਨਾਂ 'ਤੇ, ਵੀ ਜਿੱਥੇ ਵੀ ਐਕਸੀਡੈਂਟ ਉਹ ਕਵਰ ਕਰੂਗੀ, ਅਤੇ ਅੱਜ ਉਹ ਪੱਤਰਕਾਰਾਂ ਨੂੰ ਕਿਸਾਨਾਂ ਨੂੰ ਚੱਕਣ ਲਈ ਵਰਤੀਆਂ ਗਈਆਂ, ਕਿਵੇਂ? ਇਹ ਅਸਲ ਤਾਂ ਸਾਰੇ ਬਹਾਨੇ ਤਾਂ ਉਹੀ ਹੁੰਦੇ ਆ, ਜਿਵੇਂ LED ਟਰੱਕ ਲੈ ਖਰੀਦ ਲਏ ਗਏ, ਕਈ ਕਰੋੜਾਂ ਅਰਬਾਂ ਰੁਪਈਆ ਉਹ 'ਤੇ ਖਰਚ ਕੀਤਾ ਗਿਆ, ਉਹ ਕਰਨਾ ਤਾਂ ਪਾਰਟੀ ਦਾ ਪ੍ਰਚਾਰ ਹੀ ਹੈ ਨਾ, ਪਰ ਖਜ਼ਾਨੇ 'ਚੋਂ ਪੈਸਾ ਕਰਕੇ ਪ੍ਰਚਾਰ ਪਾਰਟੀ ਦਾ ਕਰਨਾ, ਇਹ ਸਾਰੀਆਂ ਗੱਲਾਂ ਬਾਤਾਂ ਉੱਧਰ ਨੂੰ ਜਾਣੀਆਂ ਨੇ, ਉਹੀ ਕੁਛ ਉਹ ਜਿਹੜੇ ਫੋਰਸਾਂ ਤਿਆਰ ਕਰ ਰਹੇ ਆ, ਬਣਾਉਣੇ ਤਾਂ ਲੋਕਾਂ ਦੇ ਡੰਗ ਹੀ ਹੈ, ਛਿੱਤਰ ਹੀ ਮਾਰਨੇ ਆ ਲੋਕਾਂ ਦੇ, ਹੈ ਨਾ? ਤਾਂ ਇਸ ਕਰਕੇ ਮੰਨ ਲਓ ਅਸੀਂ ਜ਼ਮਾਨਤ ਲਾ ਕੇ ਬੰਦਾ ਬਾਹਰ ਲਿਆਉਂਦੇ ਹਾਂ, ਤਾਂ ਅਸੀਂ ਤਾਂ ਮੰਨ ਲਿਆ ਕਿ ਅਸੀਂ ਤਾਂ ਦੋਸ਼ੀ ਸਾਬਤ ਹੋ ਗਏ, ਅਤੇ ਗਾਹਾਂ ਟ੍ਰਾਇਲ ਚੱਲੂਗਾ, ਅਤੇ ਗਾਹਾਂ ਇਹ ਕੌਣ ਬੰਦਾ ਜ਼ਿੰਮੇਵਾਰੀ ਦੇਊਗਾ ਵੀ ਭਾਈ ਕੱਲ੍ਹ ਨੂੰ ਪਰਚੇ ਡਿਸਚਾਰਜ ਕੀਤੇ ਜਾਣਗੇ? ਠੀਕ ਹੈ, ਅੱਜ ਕਹਿੰਦੇ ਆ ਵੀ ਪਰਚੇ ਡਿਸਚਾਰਜ ਕਰ ਦਿਆਂਗੇ, ਪਰ ਇਹ ਜ਼ਿੰਮੇਵਾਰੀ ਕੌਣ ਦੇਊ ਲਿਖ ਕੇ? ਆਮ ਤੌਰ 'ਤੇ ਮੈਂ ਝੋਟੇ ਵਾਲੇ ਕੇਸਾਂ 'ਚ ਦੇਖਿਆ, ਝੋਟਾ ਛੱਡਤਾ ਟ੍ਰਾਇਲ ਚੱਲੀ ਜਾਂਦੇ ਆ, ਹੋਰ ਕਈ ਕੇਸਾਂ 'ਚ ਆਪਾਂ ਦੇਖਦੇ ਹਾਂ ਵੀ ਬੰਦੇ ਛੱਡ ਆਪਣਾ ਜ਼ਮਾਨਤਾਂ 'ਤੇ ਆ ਜਾਂਦੇ ਆ, ਟ੍ਰਾਇਲ ਚੱਲਦੇ ਰਹਿੰਦੇ ਆ। ਸੋ ਇਸ ਕਰਕੇ ਇੱਥੇ ਮੈਂ ਅਪੀਲ ਕਰਦਾ ਨੌਜਵਾਨੀ ਨੂੰ, ਸਾਰੀ ਨੂੰ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਆ, ਜ਼ਾਬਤੇ 'ਚ ਰਹਿਣਾ, ਮੇਰੀ ਗੱਲ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਮਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਵੀ ਪ੍ਰਸ਼ਾਦੇ ਤਿਆਰ ਕਰ ਦਿਓ, ਲੰਗਰ ਤਿਆਰ ਕਰ ਦਿਓ, ਇੱਥੇ ਟਰਾਲੀਆਂ 'ਤੇ ਪ੍ਰਸ਼ਾਦੇ ਲੰਗਰ ਲੈ ਕੇ ਆਲੇ ਦੁਆਲੇ ਜਿੰਨੇ ਪਿੰਡਾਂ ਦੇ ਵਿੱਚੋਂ, ਇੱਥੇ ਅਸੀਂ ਬਿਲਕੁਲ ਬਾਈਪਾਸ ਦੇ ਉੱਤੇ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ ਇੱਥੇ ਬੈਠੇ ਹਾਂ, ਜਿੱਥੇ ਬਿਲਕੁਲ ਭਗਵੰਤ ਮਾਨ ਦੀ ਕੋਠੀ ਹੈ ਉਹਦੇ ਬਿਲਕੁਲ ਸਾਹਮਣੇ ਇਹ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ, ਹੋਕਾ ਆਉਣ ਦਾ ਸੀ, ਇੱਥੇ ਆ ਗਏ, ਇਸ ਤੋਂ ਅੱਗੇ ਕੀ ਆ? ਹਾਲਾਂਕਿ ਤੁਸੀਂ ਕਿਹਾ ਵੀ ਲੰਗਰ ਜਿਹੜਾ ਤਿਆਰ ਕਰ ਲਓ, ਇਸ ਤੋਂ ਅੱਗੇ ਕੀ? ਅਸੀਂ ਤਾਂ ਰੋਕਿਆ ਨਹੀਂ, ਅਸੀਂ ਰੁਕੇ ਨਹੀਂ ਹੈਗੇ ਵੀ ਅਸੀਂ ਆਪਦੀ ਮਰਜ਼ੀ ਨਾਲ ਰੁਕ ਗਏ ਹਾਂ,
ਰੋਕਿਆ ਗਿਆ ਪ੍ਰਸ਼ਾਸਨ ਦੁਆਰਾ। ਅਸੀਂ ਤਾਂ ਇਹ ਵੀ ਕਿਹਾ ਵੀ ਭਵੰਤ ਦੇ ਘਰ ਦੇ ਅੱਗੇ ਤਾਂ ਬਹੁਤ ਜ਼ਿਆਦਾ ਲੋਕ ਧਰਨੇ ਪ੍ਰਦਰਸ਼ਨ ਕਰਦੇ, ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਜਾਣੀ ਇੱਥੋਂ ਤੱਕ ਵੀ ਇਹ ਗੱਲ ਅੜੀ ਖੜੀ ਆ, ਇੰਨਾ ਹੰਕਾਰ ਵੀ ਨਹੀਂ ਅਸੀਂ ਕੋਠੀ ਅੱਗੇ ਵੀ ਨਹੀਂ ਆਉਣ ਦੇਣਾ। ਅਤੇ ਜਿਹੜਾ ਭਵੰਤ ਕਦੇ ਕਹਿੰਦਾ ਹੁੰਦਾ ਯਾਰ ਵੀ ਆਓ ਮੇਰੇ ਦਰਵਾਜ਼ੇ ਖੁੱਲ੍ਹੇ ਆ ਲੋਕਾਂ ਲਈ, ਮੈਨੂੰ ਆ ਕੇ ਦੱਸੋ ਕਿਉਂ ਧਰਨੇ ਲਾਉਂਦੇ ਹੋ, ਕਿਉਂ ਸੜਕਾਂ ਜਾਮ ਕਰਦੇ ਹਾਂ, ਜੇ ਅੱਜ ਅਸੀਂ ਉਹਦੀ ਖਾਲੀ ਕੋਠੀ ਹੈ ਹੀ ਨਹੀਂ ਕੋਈ ਕੋਠੀ 'ਚ, ਤਾਂ ਖਾਲੀ ਕੋਠੀ ਮੂਹਰੇ ਵੀ ਨਹੀਂ ਕੋਈ ਜਾਣ ਦੇ ਰਿਹਾ, ਤਾਂ ਫਿਰ ਇੱਦੋਂ ਤੁਸੀਂ ਹਿਸਾਬ ਲਓ ਵੀ ਇੱਦੋਂ ਵੱਡਾ ਹੰਕਾਰੀ ਕਿਹੜਾ ਸਕਦਾ ਜੀ। ਜਿਸ ਤਰੀਕੇ ਨਾਲ ਇਹ ਤੋਂ ਪਹਿਲਾਂ ਵੀ ਧਰਨੇ ਹੋਏ ਆ, ਪ੍ਰਦਰਸ਼ਨ ਹੋਇਆ ਸਰਕਾਰ ਖਿਲਾਫ਼, ਅੱਜ ਜਿੱਥੋਂ ਜਿੱਥੋਂ ਦੇ ਪੱਤਰਕਾਰ ਸੀ ਜਾਂ ਤਾਂ ਉੱਥੋਂ ਦੇ ਥਾਣਿਆਂ ਨੇ ਜਾਂ ਰਸਤੇ ਦੇ ਵਿੱਚ ਪੱਤਰਕਾਰਾਂ ਦੀ ਵੀ ਗ੍ਰਿਫਤਾਰੀ ਹੋਣੀ, ਇਹਨੂੰ ਕਿਵੇਂ ਦੇ? ਕੁੱਲ ਆਵਾਜ਼ ਦੱਬੀਆਂ ਗਈਆਂ ਵੀਰੇ, ਇੱਥੇ ਪੱਤਰਕਾਰ ਥਾਣਿਆਂ 'ਚ ਬਿਠਾ ਲਏ ਗਏ ਆ, ਰਤਨਦੀਪ ਬਿਠਾਇਆ ਆਪਣਾ ਮੁੰਡਾ, ਦੂਸਰਾ ਜਿਹੜਾ ਹੈਗਾ ਢਿੱਲਮਾਲਾ ਉਹਨੂੰ ਬਿਠਾ ਕੇ ਰੱਖਿਆ ਗਿਆ। ਪਰਸੋਂ 1 ਤਰੀਕ ਨੂੰ ਵੀ ਆਹੀ ਕੁਛ ਹੋਇਆ ਇੱਥੇ, ਉੱਦਾਂ ਹੀ ਪੱਤਰਕਾਰਾਂ ਦੇ ਕੈਮਰੇ ਭੰਨ 'ਤੇ ਹੈ ਨਾ, ਧੱਕਾ ਮੁੱਕੀ ਹੋਈ ਹੈ। ਜਾਣੇ ਹਰ ਆਵਾਜ਼ ਤੁਹਾਡੇ ਵਰਗੇ ਤਾਂ ਖਾਸ ਤੌਰ 'ਤੇ ਰੜਕਦੇ ਆ ਨਾ, ਹੁਣ ਤੁਸੀਂ ਹੀ ਇੱਥੇ 5-4 ਚੈਨਲ ਜਿਹੜੇ ਆਵਾਜ਼ ਚੱਕੋਗੇ ਚੱਕ ਰਹੇ ਹੋ ਲਗਾਤਾਰ, ਲੋਕ ਲਹਿਰ ਤੁਹਾਡਾ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਹੈ। ਜਿਹੜਾ ਆਪਣੇ ਆਪ ਨੂੰ ਮੇਨਸਟ੍ਰੀਮ ਮੀਡੀਆ ਕਹਾਉਂਦਾ, ਮੁੱਖ ਧਾਰਾ ਦਾ ਮੀਡੀਆ ਕਹਾਉਂਦਾ, ਉਹ ਤਾਂ ਬਾਈ ਗੱਲ ਹੀ ਨਹੀਂ ਚੱਕ ਰਿਹਾ ਕਿ ਯਾਰ ਆਹ ਇੰਨੇ ਲੋਕਾਂ ਦਾ ਰੋਹ, ਇੰਨੀ ਨੌਜਵਾਨੀ ਦਾ ਜੋਸ਼ ਨਹੀਂ ਦਿਖਦਾ ਕਿ ਨੌਜਵਾਨੀ ਕੀ ਚਾਹੁੰਦੇ, ਕਿੰਨੀ ਤੜਫ ਨੌਜਵਾਨ, ਕਿੰਨਾ ਗੁੱਸਾ ਯਾਰ ਅੰਦਰ ਮਨ ਦੇ ਵਿੱਚ। ਅਤੇ ਭਾਂਸਿਆ ਗੁੱਸੇ ਨੂੰ ਤੂੰ ਕਹਿੰਦਾ ਕਿ ਯਾਰ ਮੈਂ ਚਾਹੁੰਦਾ ਸਾਡੇ ਨੌਜਵਾਨ ਰੁਜ਼ਗਾਰ ਮਿਲੇ, ਨੌਕਰੀਆਂ ਦੇਣੀਆਂ, ਇਹ ਗੁੱਸਾ ਇਹ ਜੋਸ਼ ਇਹ એનર્ਜੀ ਸਹੀ ਪਾਸੇ ਲਾਉਣੀ ਹੈ, ਅਤੇ ਸਹੀ ਪਾਸੇ ਕਿੱਥੇ ਲਾ ਰਹੇ ਹੋ ਯਾਰ? ਆਹ ਕੁਛ ਕਰ ਰਹੇ ਹੋ, ਹੁਣ ਸੜਕਾਂ ਤੋਂ ਬਿਠਾ ਕੇ ਤੁਸੀਂ ਕੁੱਟੋ ਮਾਰੋਗੇ, ਡਾਂਗਾ ਮਾਰ, ਕੋਈ ਗੱਲ ਨਹੀਂ, ਤੇਰੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਦੇਵਾਂਗੇ, ਤੁਹਾਡੇ ਸਾਰੇ ਹੱਥ ਖੁੱਲ੍ਹੇ ਆ, ਡਾਂਗਾਂ 'ਚ ਲਾ ਦਿਓ, ਗੋਲੀਆਂ 'ਚ ਲਾ, ਜੋ ਮਰਜ਼ੀ ਕਰ ਲਓ, ਪਰ ਇਹ ਨਹੀਂ ਗੱਲ ਹੈਗੀ, ਆਵਾਜ਼ ਐਂ ਨਹੀਂ ਦੱਬੀ ਜਾਣੀ। ਸਾਰੇ ਆਗੂ ਘਰੋ ਘਰੇ ਡਿਟੇਨ ਕੀਤੇ ਗਏ, ਤੁਸੀਂ ਕਿਵੇਂ ਬਚ ਕੇ ਆ ਗਏ? ਦੇਖੋ ਮੈਨੂੰ ਪਹਿਲਾਂ 1-2 ਵਾਰੀ ਇਹਨਾਂ ਨੇ ਘਰੇ ਘੇਰ ਲਿਆ ਸੀਗਾ, ਅਤੇ ਮੈਨੂੰ ਇੰਨਾ ਕੁ ਤਾਂ ਪਤਾ ਸੀਗਾ, ਮੈਂ 2-3 ਦਿਨ ਤੋਂ ਪਹਿਲਾਂ ਹੀ ਪਾਸੇ ਰਿਹਾ, ਫੋਨ ਫਾਨ ਬੰਦ ਆਦੇ ਮੈਂ ਕਰ ਲਏ ਸੀਗੇ, ਮੈਂ ਕਿਹਾ ਮੈਨੂੰ ਇਹ ਘਰ 'ਚ ਘੇਰ ਲੈਣਗੇ, ਨਜ਼ਰਬੰਦ ਕਰ ਲੈਣਗੇ, ਮੇਰਾ ਪਹੁੰਚਣਾ ਜ਼ਰੂਰੀ ਹੁੰਦਾ, ਕਿਉਂਕਿ ਦੇਖੋ ਜੇ ਤੁਹਾਡਾ ਆਗੂ ਤੁਹਾਡਾ ਕਮਾਂਡਰ ਹੀ ਘਿਰ ਜਾਂਦਾ ਤਾਂ ਫੌਜਾਂ ਨਹੀਂ ਲੜਦੀਆਂ, ਫੌਜਾਂ ਨੂੰ ਵੀ ਹੌਸਲਾ ਉਦੋਂ ਹੀ ਮਿਲਦਾ, ਗਵਾਹੀ ਉਦੋਂ ਹੀ ਮਿਲਦੀ ਹੈ ਜਦੋਂ ਤੁਹਾਡਾ ਆਗੂ ਅੱਗੇ ਹੁੰਦਾ। ਤੋ ਇਸ ਕਰਕੇ ਮੈਂ ਬਚ ਬਚਾ ਕੇ ਜਾਵਾਂ, ਸਾਰੀ ਤਿਆਰੀਆਂ ਬੈਰੀਆਂ ਕਰਕੇ ਅਸੀਂ ਸੁਨੇਹੇ ਸੁਨੇਹੇ ਲਾ ਕੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਇੱਥੇ ਤਾਂ ਇੱਥੇ ਆਏ ਹਾਂ ਬਾਈ। ਬੈਠਣ ਦਾ ਪੱਕਾ ਹੈ ਜਿਵੇਂ ਪਹਿਲਾਂ ਹੀ ਪੁੱਛਿਆ, ਇੱਥੇ ਬੈਠਣਾ ਹੀ ਆ ਜਾਂ ਇੱਥੋਂ ਵਾਪਸੀ ਹੈ? ਇਹ ਹਲੇ ਮੀਟਿੰਗ ਦੇ ਵਿੱਚ ਤੈਅ ਕਰਨਾ, ਸਾਡੇ ਕੁਛ ਆਗੂ ਸਾਹਿਬਾਨ ਆਉਂਦੇ ਨੇ, ਸੁਰਜੀਤ ਫੂਲੋ ਜੀ ਵਰਗੇ ਆ, ਕਾਕਾ ਕੋਰਡਾ ਜੀ ਵਰਗੇ ਆ, ਉਹਨਾਂ ਨੇ ਹਲੇ ਆਉਣਾ, ਉਹਨਾਂ ਨਾਲ ਅਸੀਂ ਮੀਟਿੰਗ ਰੱਖੀ ਆ, ਉਹ ਵਿਚਾਰ ਕੇ ਅੱਗੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਅੱਗੇ ਸਿਰੇ ਚੜ੍ਹਦੀ ਆ ਨਹੀਂ ਚੜ੍ਹਦੀ, ਇਹ ਰਣਨੀਤੀ ਅੱਗੇ ਲਿਖਾਂਗੇ।